ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਦਿਨ ਦੀਵਾਨ ਸਜੇ ਸੀ ਤੇ ਕੀਰਤਨ ਚੱਲ ਰਿਆ ਸੀ ਬਾਬਾ ਨਾਨਕ ਸਿੰਘ ਨੇ ਹੱਥ ਉੱਪਰ ਕੀਤਾ ਕੀਰਤਨ ਕੁਝ ਸਮੇਂ ਲਈ ਬੰਦ ਹੋ ਗਿਆ ਤਾਂ ਬਾਬਾ ਜੀ ਨੇ ਕਿਹਾ ਪਲੇ ਪੁਰਖੋ ਦੱਸੋ ਅੰਮ੍ਰਿਤਸਰ ਵਿਖੇ ਹੋਰਾਂ ਗੁਰਦੁਆਰਿਆਂ ਨਾਲੋਂ ਕੀ ਵਾਅਦਾ ਹੈ ਪੁਰਖ ਨੇ ਕਿਹਾ ਅੰਮ੍ਰਿਤਸਰ ਸਰੋਵਰ ਜਿੱਥੇ ਸਵਰਨ ਮੰਦਿਰ ਹੈ ਤੇ ਪਾਣੀ ਦੇ ਵਿੱਚ ਬਣਿਆ ਹੋਇਆ ਇਸ ਲਈ ਉਹਦੀ ਵਦਮਾਨਤਾ ਬਾਬਾ ਜੀ ਨੇ ਕਿਹਾ ਵੀ ਸੋਨਾ ਤਾਂ ਹਜੂਰ ਸਾਹਿਬ ਵੀ ਲੱਗਾ ਤੇ ਪਾਣੀ ਵਿੱਚ ਮਹਿਲ ਵੀ ਰਾਜਿਆਂ ਨੇ ਬਣਾਏ ਹੋਏ ਨੇ ਜੇ ਸੋਨੇ ਤੇ ਰਤਨਾ ਦੀ ਗੱਲ ਹੋਏ ਤਾਂ ਵੈਗਰੂ ਜੀ ਨੇ ਕਿਹਾ ਜੇ ਸੋਨੇ ਦੀ ਸਿਫਤ ਕਰਨੀ ਹੈ ਤਾਂ ਰਾਵਣ ਨੇ ਵੀ ਤਾਂ ਆਪਣੀ ਸਾਰੀ ਨਗਰੀ ਸੋਨੇ ਰਤਨਾ ਨਾਲ ਜੜੀ ਸੀ ਤੇ ਇੱਕ ਜਣਾ ਖੜਾ ਹੋ ਕੇ ਬੋਲਿਆ ਤੁਸੀਂ ਦੱਸੋ ਬਾਬਾ ਜੀ ਤਾਂ ਬਾਬਾ ਜੀ ਨੇ ਕਿਹਾ ਵੀ ਇੱਕ ਕਾਲ ਯੁਗ ਵਿੱਚ ਨਾ ਮੀ ਸਭ ਤੋਂ ਵੱਡਾ ਜਿੱਥੇ ਨਾਮ ਹੈ ਉੱਥੇ ਰਿੱਧੀਆਂ ਸਿੱਧੀਆਂ ਹੀ ਉਹ ਦਾਸੀਆਂ ਬਣ ਕੇ ਆਪਣੀ ਸੇਵਾ ਕਰਦੀਆਂ ਨੇ ਤਾ ਪੁਰਖਾਂ ਨੇ ਕਿਹਾ ਵੀ ਹਰਮੰਦਰ ਸਾਹਿਬ 'ਚ ਤੇ ਕੀਰਤਨ ਜ਼ਿਆਦਾ ਹੁੰਦਾ ਉਥੇ ਨਾਮ ਸਿਮਰਨ ਘੱਟ ਹੁੰਦਾ ਤੁਸੀਂ ਕਹਿੰਦੇ ਹੋ ਨਾਮ ਸਿਮਰਣੀ ਵੱਡਾ ਤਾਂ ਬਾਬਾ ਜੀ ਕਿਹਾ ਨਾਮ ਉਹ ਐ ਜੋ ਗੁਰੂ ਹੁਕਮ ਦਿੰਦੇ ਨੇ ਜੇ ਤੂੰ ਰੋਜ਼ ਵਾਇਗਰੂ ਵਾਇਗਰੂ ਜਪਦਾ ਤਾਂ ਇੱਕੀ ਕੁਲਾਂ ਤੇਰੀਆਂ ਤਰ ਜਾਣਗੀਆਂ ਗੁਰੂ ਨਾਨਕ ਦੇਵ ਜੀ ਦਾ ਇਹ ਆਪਣੇ ਲਈ ਹੁਕਮ ਹੈ ਵੀ ਜਿੱਥੇ ਨਾਮ ਜਪਿਆ ਜਾਵੇ ਉਥਾਂ ਹੀ ਮਨੁੱਖਾ ਹਰਮੰਦਰ ਹੈ ਹਰਮੰਦਰ ਸਾਹਿਬ ਦਾ ਇਹ ਵਾਦਾ ਹੈ ਬਿਉਤੇ ਹਰ ਸਮੇਂ ਕੀਰਤਨ ਚੱਲਦਾ ਤਾਂ ਇੱਕ ਪੁਰਖ ਕਹਿੰਦਾ ਵੀ ਜਦੋਂ ਅੱਧ ਰਾਤ ਹੋ ਜਾਂਦੀ ਹੈ ਲਗਭਗ 11 ਤੋਂ 2 ਕੁ ਵਜੇ ਦਾ ਸਮਾਂ ਉਦੋਂ ਤਾਂ ਉੱਥੇ ਨਾਮਬਦ ਹੋ ਜਾਂਦਾ ਤਾਂ ਉਸ ਦਿਨ ਤੋਂ ਉਸ ਸਮੇਂ ਉੱਥੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਤੇ ਕਿਹਾ ਜੋ ਵੀ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਕਰੇਗਾ ਉਸ ਦਾ ਜੀਵਨ ਸਫਲਾ ਹੋਵੇਗਾ ਤੇ ਇਹ ਤਨ ਤੇ ਮਨ ਦੋਵਾਂ ਦੇ ਰੋਗ ਠੀਕ ਕਰੇਗਾ ਤੇ ਕਿਹਾ ਕੀਰਤਨ ਦਰਬਾਰ ਦੇ ਅੱਗੇ ਇੱਕ ਛੋਟੇ ਜਿਹੇ ਛੰਨ ਪਾ ਦੋ ਉੱਥੇ ਪਾੜ ਸ਼ੁਰੂ ਕਰ ਦੇਵੋ ਉਵੇਂ ਹੀ ਹੋਇਆ ਬਾਬਾ ਜੀ ਨੇ ਕਿਹਾ ਪੁਰਖੋ ਇੱਥੇ ਜੋ ਵੀ ਆਉਂਦਾ ਔਲਾਦ ਮੰਗਦਾ ਹੈ ਬਰਕਤ ਮੰਗਦਾ ਸ਼ੋਰਤ ਮੰਗਦਾ ਉੱਚੇ ਆਪਣੇ ਅਹੁਦੇ ਮੰਗਦਾ ਕਿਉਂ ਨਾ ਇੱਥੇ ਇੱਕ ਕੁੰਡ ਬਣਾ ਦਿੱਤਾ ਜਾਵੇ ਸਰੋਵਰ ਬਣਾ ਦਿੱਤਾ ਜਾਵੇ ਵੀ ਉਹ ਸਾਡੇ ਕੋਲ ਆਉਣ ਦੀ ਉਹਨਾਂ ਨੂੰ ਜ਼ਰੂਰਤ ਹੀ ਨਾ ਪਵੇ ਇੱਥੇ ਹੀ ਆਪਣੀਆਂ ਭਾਵਨਾਵਾਂ ਲੈ ਕੇ ਆਉਣ ਤੇ ਉਹਨਾਂ ਦੀ ਪੂਰੀਆਂ ਹੋ ਜਾਣ ਤੇ ਉਹ ਸਰੋਵਰ ਨਾਨਕ ਸਰ ਬਣਿਆ ਉਲਤੇ ਬਿਲਕੁਲ ਸੰਮੁਖ ਸੁੱਖਾਂ ਦੀ ਮਣੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਚੱਲਦਾ ਤੇ ਕਿਹਾ ਸੀ ਉਹ ਨਿਰੰਕਾਰ ਸਭ ਕਰਨ ਵਾਲਾ ਜੋ ਵੀ ਤੇ ਭਾਵਨਾ ਨਾਲ ਜਲ ਛਕੇ ਇਸ਼ਨਾਨ ਕਰੇਗੀ ਕਰੇਗਾ ਉਸ ਦੀ ਸਭ ਇੱਛਾਵਾਂ ਵਾਇਗ੍ਰੁਪ ਪੂਰਨ ਕਰਨਗੇ